ਲੱਗਾ ਨਹੀਂ ਫੇਰ ਹੌਸਲਾ ਰੱਖੋ ਕੀ ਗੱਲਬਾਤ ਹੋਈ ਸਾਨੂੰ ਤਾਂ ਭਾਜੀ ਪਤਾ ਨਹੀਂ ਫੋਨ ਆਇਆ ਕਰੋ ਵੀ ਇੱਦਾਂ ਕਰਕੇ ਹੋ ਗਿਆ ਐਕਸੀਡੈਂਟ ਅਸੀਂ ਤਾਂ ਨੱਠ ਆਏ ਕਾਜ ਤੇ ਆ ਕੇ ਦੇਖਿਆ ਤੇ ਆ ਕੁਛ ਹੋਇਆ ਮੇਰਾ ਬੇਟਾ ਨਾਲ ਸੀਗਾ ਪੋਤੇ ਨਾਲ ਜਾ ਰਹੇ ਦਾਦੇ ਦੀ ਹੋਈ ਦਰਦਨਾਕ ਮੌਤ ਸਾਹਮਣੇ ਤੋਂ ਆ ਰਹੀ ਬਾਈਕ ਨੇ ਮਾਰੀ ਟੱਕਰ ਮਰਨ ਵਾਲਾ ਬਜ਼ੁਰਗ ਸੀ ਸਾਬਕਾ ਫੌਜੀ ਦੱਸ ਦਈਏ ਕਿ ਸੜਕ ਤੇ ਭਿਆਨਕ ਹਾਦਸੇ ਦੇ ਵਿੱਚ ਇੱਕ ਬਜ਼ੁਰਗ ਸਾਬਕਾ ਫੌਜੀ ਦੀ ਮੌਤ ਹੋ ਗਈ ਹੈ ਜਿੱਥੇ ਬਜ਼ੁਰਗ ਆਪਣੇ ਪੋਤੇ ਦੇ ਨਾਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਇੱਕ ਬਾਈਕ ਨੇ ਇਹਨਾਂ ਨੂੰ ਭਿਆਨਕ ਟੱਕਰ ਮਾਰੀ ਜਿਸ ਦੇ ਵਿੱਚ ਇਸ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦਾ ਪੋਤਾ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਹਾਦਸੇ ਦੀ ਸੂਚਨਾ ਮਿਲਣ ਤੇ ਤੁਰੰਤ ਪਰਿਵਾਰ ਵੀ ਮੌਕੇ ਤੇ ਪਹੁੰਚਦਾ ਹੈ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਮਿਲੀ ਜਾਣਕਾਰੀ ਅਨੁਸਾਰ ਦਾਦਾ ਪੋਤਾ ਦੋਵੇਂ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਬਾਈਕ ਨੇ ਅਚਾਨਕ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਇਹ ਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ ਤੇ ਫਰਾਰ ਹੋਏ ਬਾਈਕ ਸਵਾਰਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਦਰਦਨਾਕ ਹਾਦਸੇ ਦੇ ਵਿੱਚ ਇਸ ਬਜ਼ੁਰਗ ਸਾਬਕਾ ਫੌਜੀ ਦੀ ਮੌਤ ਹੋਈ ਹੈ ਜੋ ਕਿ ਆਪਣੇ ਪੋਤੇ ਦੇ ਨਾਲ ਜਾ ਰਿਹਾ ਸੀ ਤਾਂ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤਾਂ ਇਸ ਦੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ ਜਿਸ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਤਾਂ ਭਾਜੀ ਪਤਾ ਨਹੀਂ ਫੋਨ ਆਇਆ ਕਰੋ ਵੀ ਇੱਦਾਂ ਕਰਕੇ ਹੋ ਗਿਆ ਐਕਸੀਡੈਂਟ ਅਸੀਂ ਤਾਂ ਨੱਠ ਆਏ ਕਾਜ ਤੇ ਆ ਕੇ ਦੇਖਿਆ ਤੇ ਆ ਕੁਛ ਹੋਇਆ ਮੇਰਾ ਬੇਟਾ ਨਾਲ ਸੀਗਾ ਹਰਮਨ ਸਿੰਘ ਸੀ ਬੇਟੇ ਦਾ ਨਾਂ ਦਾ ਨਾਂ ਜਰਨੈਲ ਸਿੰਘ ਪਤਾ ਨੀ ਬਾਜੀ ਦੱਸ ਕੁਛ ਨੀ ਪਤਾ ਇਸ ਬਾਰੇ ਸਾਨੂੰ ਦੱਸਿਆ ਨੀ ਕਿਸੇ ਨੇ ਕੁਛ ਵੀ ਨਹੀਂ ਬਾਜੀ ਅਜੇ ਕੁਛ ਨੀ ਪਤਾ ਲੱਗਾ ਕਿਹਦੇ ਬਾਰੇ ਕੀ ਹੋਇਆ ਐਕਟਿਵਾ ਤੇ ਮੇਰਾ ਬੇਟਾ ਸੀ ਨਾਲ 15 ਸਾਲ ਦਾ ਬੱਚਾ ਉਹ ਵੀ ਹੈਲਮੈਂਟ ਕਰਵਾ ਦਿੱਤਾ ਹੋਸਪਿਟਲ ਉਹਨੂੰ ਵੀ ਪਤਾ ਨਹੀਂ ਅਜੇ ਦੇਖਿਆ ਨਹੀਂ ਪਤਾ ਨਹੀਂ ਭਾਜੀ ਅਜੇ ਦੇਖਿਆ ਨਹੀਂ ਲੈ ਕੇ ਗਏ ਉਹਨੂੰ ਵੀ ਇੱਦਾਂ ਨਹੀਂ ਪਤਾ ਵੀ ਕੀ ਗੱਲ ਵਾ ਕਿ ਨਹੀਂ ਦੇਖੋ ਜੀ ਮੈਂ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਖਲਚੀਆਂ ਅੱਡੇ 'ਚ ਨਾਕਾਬੰਦੀ ਦੇ ਖਲੋਤੇ ਸੀ ਅਤੇ ਮੈਨੂੰ ਮੁਨਸ਼ੀ ਦਾ ਫੋਨ ਆਇਆ ਥਾਣੇ ਤੋਂ ਵੀ ਬਟਾਰੀ ਮੋੜ 'ਤੇ ਇੱਕ ਐਕਸੀਡੈਂਟ ਹੋਇਆ ਉੱਥੇ ਪਹੁੰਚੋ ਅਤੇ ਮੈਂ ਤਲਾਹ ਮਿਲਦੇ ਆ ਜੀ ਉੱਥੇ ਮੌਕੇ 'ਤੇ ਪਹੁੰਚ ਗਿਆ ਜੀ ਅਤੇ ਮੈਂ ਆ ਕੇ ਪਤਾ ਕੀਤਾ ਅਤੇ ਜਰਨੈਲ ਸਿੰਘ ਸਨ ਆਫ ਰਤਨ ਸਿੰਘ ਉਮਰ ਇਹਨਾਂ ਦੀ ਕਰੀਬ 60-65 ਸਾਲ ਆ ਇਹ ਵੀ ਆਪਣੇ ਰਈਏ ਵੱਲੋਂ ਆ ਰਹੇ ਸੀ ਅਤੇ ਇੱਕ ਮੋਟਰਸਾਈਕਲ ਪਲਸਰ 2 ਅਨਨੋਨ ਆਪਣੇ ਲੜਕੇ ਸੀ ਉਹ ਪਲਸਰ 'ਤੇ ਆ ਰਹੇ ਸੀ ਤੇਜ਼ ਹੀ ਇਹਨਾਂ ਦਾ ਆਪਸ ਵਿੱਚ ਟੱਚ ਹੋ ਗਿਆ ਇਹ ਜਦੋਂ ਸੜਕ 'ਤੇ ਡਿੱਗੇ ਆ ਅਤੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਲੱਗ ਗਈ ਉਹ ਮੌਕੇ 'ਤੇ ਡੈਥ ਹੋ ਗਈ ਉਹ ਦੂਸਰੇ ਮੋਟਰਸਾਈਕਲ ਵਾਲੇ ਭੱਜ ਗਏ ਉਹ ਹੁਣ ਮੋਟਰਸਾਈਕਲ ਤਸਦੀਕ ਕਰਕੇ ਉਹ ਕਾਰਵਾਈ ਕਰਾਂਗੇ ਦੱਸਿਆ ਜਾ ਰਿਹਾ ਕਿ 2 ਜਣੇ ਹੈਗੇ 2 ਜਣੇ ਦਾਦਾ ਪੁੱਤ ਸੀ ਮੈਨੂੰ ਕੱਲੇ ਬਾਰੇ ਦੱਸਿਆ ਜੀ ਕੱਲੇ ਹਾਂਜੀ ਹਾਂ ਕੱਲੇ ਸੁਣਨ ਦੇ ਵਿੱਚ ਆ ਰਿਹਾ ਨਾਲ ਪੋਤਰਾ ਵੀ ਸੀਗਾ ਜਿਸ ਦੇ ਮੈਂ ਕਿਹਾ ਜੀ ਅਜੇ ਮੈਂ ਮੌਕੇ 'ਤੇ ਆਇਆ ਤੁਸੀਂ ਵੀ ਆ ਗਏ ਹੋ
ਮੈਂ ਆਪਣੇ ਤਫਤੀਸ਼ ਕਰ ਰਿਹਾ ਹੁਣ, ਆਪਣੇ ਡੈੱਡ ਬੋਡੀ ਲੈ ਕੇ ਚੱਲੇ ਹਾਂ, ਪਰਚਾ ਦਰਜ ਕਰਨ ਲੱਗੇ ਹਾਂ।